ਇਹ ਹੈ ਜੀ ਮੇਰਾ ਦੋਸਤ ਜੁਗਲ। ਵੈਸੇ ਅਸੀਂ ਇਹਨੂੰ ਪੰਡਿਤ ਵੀ ਕਹਿੰਦੇ। ਇਹ ਰੋਜ਼ ਦੁਪਹਿਰੇ 12 ਵਜੇ ਮੰਦਰ ਆਉਂਦਾ ਕਿਉਂਕਿ ਇਸ ਤੋਂ ਪਹਿਲਾਂ ਇਹ ਤੂੰ ਉੱਠਿਆ ਹੀ ਨਹੀਂ ਜਾਂਦਾ। ਇਹਨੂੰ ਜ਼ਿੰਦਗੀ 'ਚ ਸਭ ਤੋਂ ਪਿਆਰੀ ਚੀਜ਼ ਪਤਾ ਕੀ ਹੈ? ਨੀਂਦ। ਅਤੇ ਆਹ ਬੰਦੇ ਦਾ ਨਾਮ ਹੈ ਅਤੁਲ। ਇਹਨੂੰ ਫਿਲਮਾਂ ਦੇਖਣ ਤੋਂ ਇਲਾਵਾ ਉਹ ਸੌ ਲੈਂਦੇ ਯਾਰ, ਹੌਲੀ ਕਰ ਲਾ ਆਵਾਜ਼ ਇਹਦੀ, ਸੌਣ ਹੀ ਨਹੀਂ ਦਿੰਦੇ। ਟੈਨ ਟੈਨ। ਇਹ ਹਾਂ ਜੀ ਮੈਂ, ਯਾਨੀ ਕਿ ਸੰਦੀਪ ਸ਼ਰਮਾ ਉਰਫ ਸੰਜੂ। ਅੱਜ ਜਿਹੜਾ ਤੁਸੀਂ ਮੱਥੇ 'ਤੇ ਮੇਰੇ ਤਿਲਕ ਦੇਖ ਰਹੇ ਹੋ ਨਾ, ਇਹਨੂੰ ਲਾਉਣ ਪਿੱਛੇ ਕੋਈ ਧਾਰਮਿਕ ਵਜ੍ਹਾ ਨਹੀਂ ਗੀ। ਮੈਂ ਤਾਂ ਬਸ ਸੰਜੇ ਦੱਤ ਦੀ ਵਾਸਤਵ ਵਾਲੇ ਰਘੂਬਾਈ ਤੋਂ ਇੰਸਪਾਇਰਡ। ਤੂੰ ਸੁੱਤਾ ਹੀ ਪਿਆ ਹੋਏ, ਕੁੰਭਕਰਨ ਦੀ ਲਾਜ ਹੀ ਨਾ ਹੋਵੇ ਤੇ ਕਿਹੜੀ ਮੂਵੀ ਦੇਖਣ ਦਿਆ ਵੀਰੇ? ਗਿੱਪੀ ਗਰੇਵਾਲ ਦੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਕਾਲਜ ਜਾਣਾ ਬਹੁਤ ਪਸੰਦ ਸੀ, ਪਰ ਬਸ ਕਲਾਸ ਜਾਣਾ ਪਸੰਦ ਨਹੀਂ ਸੀ। ਇਸ ਕਰਕੇ ਅਸੀਂ ਕਦੇ ਕਾਲਜ ਦੀ ਕੰਟੀਨ ਅਤੇ ਕਦੇ ਕਾਲਜ ਦੀ ਪਾਰਕਿੰਗ 'ਚ ਬਹਿ ਕੇ ਟਾਈਮ ਸਪੈਂਡ ਕਰਦੇ ਸੀ। ਇੱਕ ਦਿਨ ਅਸੀਂ ਕਾਲਜ ਦੀ ਪਾਰਕਿੰਗ 'ਚ ਬੈਠੇ ਸੀ ਅਤੇ ਇੱਕ ਸ਼ਲਾਰੂ ਜਿਹਾ ਮੁੰਡਾ ਗਲਤੀ ਨਾਲ ਉਹਦੀ ਬਾਈਕ 'ਤੇ ਬੈਠਾ ਸੀ। ਖੜਾ ਹੋਏ, ਤੇਰੀ ਹੈ ਬਾਈਕ? ਹੋਰ ਤੁਹਾਡੇ ਬੁੜੇ ਦੀ ਹੈ? ਮੋਟਰਸਾਈਕਲ ਹੀ ਆ, ਜਹਾਜ਼ ਥੋੜ੍ਹੀ ਤੇਰਾ। ਬੋਲਦਾ ਕਿਵੇਂ ਤੂੰ? ਸ਼ੁਕਰ ਕਰ ਮੈਂ ਬੋਲੇ ਹੀ ਹੈ, ਨਹੀਂ ਤਾਂ ਥੱਪੜ ਮਾਰ ਕੇ ਠੋਣਾ ਸੀ। ਲੱਗਦਾ ਕਾਲਜ 'ਚ ਨਾਂ ਨਹੀਂ ਸੁਣਿਆ ਸਰਤਾਜ ਦਾ। ਸਰਤਾਜ ਦੇ ਤਾਂ ਮੈਂ ਗਾਣੇ ਸੁਣੇ ਆ, ਬਾਕੀ ਸਰਤਾਜ ਨਾਮ ਦੀ ਲੰਡੀ ਪੁੱਛੀ ਬਥੇਰੀ ਤੁਰੀ ਫਿਰਦੀ ਹੈ। ਕਿਹਦਾ ਕਿਹਦਾ ਧਿਆਨ ਰੱਖੀਏ? ਪਰ ਬਾਈ ਜੀ, ਮੈਨੂੰ ਸੱਚੀ ਨਹੀਂ ਪਤਾ ਸੀ ਜਿਹਨੂੰ ਮੈਂ ਧੱਕਾ ਮਾਰ ਰਿਹਾ ਨਾ, ਉਹਦਾ ਨਾਮ ਕਾਲਜ ਦੇ ਗੁੰਡਿਆਂ 'ਚ ਆਉਂਦਾ। ਵੀਰੇ ਮੈਨੂੰ ਲੱਗਦਾ ਆਪਾਂ ਨੂੰ ਕਾਲਜ ਛੱਡ ਦੇਣਾ ਚਾਹੀਦਾ, ਠੀਕ ਹੈ ਨਾ ਮੇਰੀ ਗੱਲ? ਇੱਕ ਤਾਂ ਯਾਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ, ਮੈਂ ਤੁਹਾਨੂੰ ਕਿਹਾ ਸੀ ਨਾ ਰੂਮ 'ਚ ਸੋਈਏ, ਪਰ ਤੁਹਾਨੂੰ ਲੱਗੀ ਪਈ ਸੀ ਕਾਲਜ ਜਾਣਾ ਕਾਲਜ ਜਾਣਾ ਕਾਲਜ। ਜਾਓ ਹੁਣ। ਉਹ ਯਾਰ ਹੁਣ ਆਪਾਂ ਕੀ ਕਰਦੇ? ਅਗਲਾ ਜਦੋਂ ਜ਼ਿਆਦਾ ਹੀ ਸਿਰ ਚੜ੍ਹੀ ਜਾਂਦਾ ਸੀ, ਆਪਾਂ ਕਿਹੜੇ ਚੂੜੀਆਂ ਪਾਈਆਂ ਸੀ? ਕੁਛ ਤਾਂ ਕਰਨਾ ਪੈਣਾ ਸੀ ਆਪਾਂ ਨੂੰ, ਮਾਰਤਾ ਧੱਕਾ ਫਿਰ ਪਾਤੀ ਕਾਰਵਾਈ। ਹੁਣ ਅਗਲਾ ਜਦੋਂ ਡੰਡਾ ਲੈ ਕੇ ਸਿਰ 'ਤੇ ਚੜ੍ਹਿਆ ਨਾ, ਫਿਰ ਸੌਖੀ ਨੀਂਦ ਆਜੂਗੀ। ਹੈਲੋ। ਹੈਲੋ, ਸੰਦੀਪ ਬੋਲਦੇ ਬਾਈ ਜੀ? ਹਾਂਜੀ ਸੰਦੀਪ ਬੋਲਦਾ ਜੀ। ਬਾਈ ਜੀ ਬਹੁਤ ਦਲੇਰ ਹੋ ਤੁਸੀਂ, ਬੜਾ ਵਧੀਆ ਕਰਿਆ ਸਰਤਾਜ ਦੀ ਆਕੜ ਭੰਨ ਕੇ, ਨਜ਼ਾਰਾ ਹੀ ਲਿਆਤਾ ਬਾਈ ਜੀ। ਥੈਂਕ ਯੂ ਵੀਰੇ। ਪੂਰੇ ਕਾਲਜ 'ਚ ਤੁਹਾਡੇ ਹੀ ਚਰਚੇ ਆ ਬਾਈ ਜੀ। ਬਾਈ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਡਰਿਓ ਨਾ। ਹੁਣ ਸਾਡਾ ਗਰੁੱਪ ਹੈ ਮੁੰਡਿਆਂ ਦਾ, ਤੁਹਾਡੀ ਸਪੋਰਟ 'ਚ ਸਾਰੇ। ਕਈ ਬੰਦੇ ਤਾਂ ਕਹਿੰਦੇ ਸੀ ਵੀ ਸੰਦੀਪ ਹੁਣ ਕਾਲਜ ਹੀ ਨਹੀਂ ਆਉਂਦਾ, ਪਰ ਮੈਂ ਸ਼ਰਤ ਲਾਈ ਹੈ, ਉਹ ਬੰਦਾ ਦਲੇਰ ਹੈ ਦਲੇਰ। ਤੁਸੀਂ ਕਾਲਜ ਜ਼ਰੂਰ ਆਇਓ ਬਾਈ ਜੀ, ਅਤੇ ਜਦੋਂ ਵੀ ਮੇਰੀ ਲੋੜ ਪਵੇ ਫੋਨ ਕਰ ਦਿਓ ਬਸ। ਹਾਂਜੀ ਬਾਈ ਜੀ, ਧੰਨਵਾਦ, ਜ਼ਰੂਰ ਕਰੂੰਗਾ ਮੈਂ ਫੋਨ ਤੁਹਾਨੂੰ। ਪਰ ਤੁਹਾਡਾ ਨਾਮ ਕੀ ਹੈ ਬਾਈ? ਹੈਲੋ ਹੈਲੋ, ਦੇਖਿਆ ਐਵੇਂ ਮੋਕ ਮਾਰੀ ਜਾਂਦੇ ਸੀ ਤੁਸੀਂ, ਪੂਰਾ ਕਾਲਜ ਆਪਣੇ ਨਾਲ ਖੜਾ, ਅਤੇ ਹੱਕ ਸੱਚ ਨਾਲ ਹਰੇਕ ਕੋਈ ਖੜਦਾ ਨਾਲ। ਅਸੀਂ ਜਮਾਂ ਨਹੀਂ ਡਰੇ ਅਤੇ ਚਲੇ ਗਏ ਕਾਲਜ, ਪਰ ਉੱਥੇ ਤਾਂ ਕੁਛ ਹੋਰ ਹੀ ਮੰਜ਼ਰ ਸੀ। ਕਿਵੇਂ ਆ ਪੁੱਤ, ਆ ਗਿਆ ਨਾ ਜੜ ਥੱਲੇ? ਉਦਣ ਤਾਂ ਫੁਕਰੀ ਫੁਕਰੀ 'ਚ ਤੂੰ ਹੱਥ ਪਾ ਗਿਆ ਸੀ, ਅੱਜ ਤੈਨੂੰ ਦੱਸ ਦੇ ਸਾਡੀ ਔਕਾਤ ਕੀ ਹੈ। ਅਸੀਂ ਡਰਦੇ ਹਾਂ ਕਿਸੇ ਤੋਂ, ਸਾਡੇ ਕੋਲ ਵੀ ਬੰਦੇ ਆ, ਹੁਣੇ ਫੋਨ ਕਰਦਾ ਮੈਂ, ਵਾਧੂ ਬੰਦੇ ਇਕੱਠੇ ਹੋ ਜਾਣੇ। ਬਾਈ ਜੀ ਬੜੇ ਦਲੇਰ ਹੋ ਤੁਸੀਂ। ਮੇਰੇ ਦੋਸਤਾਂ ਦਾ ਦਿਲ ਕਰ ਰਿਹਾ ਸੀ ਕਿ ਦੁਸ਼ਮਣਾਂ ਤੋਂ ਪਹਿਲਾਂ ਉਹ ਮੈਨੂੰ ਕੁੱਟ ਲੈਣ।
यार नु छड़ के कल्ला कल्ला भजेगा, मैं भी तेरे नाल भजूंगा। मैं क्या सी ना कि हक सच नाल सारे नाल खड़दे आ, ना कोई नहीं खड़दा भाई जी। इधर मेरी फंटा फटाई शुरू हो गई सी, पर आखिरकार मेरे दोस्तों नू मेरे ते तरस आ गया। मैनू लगता संदीप उत्थे कल्ला कुट खाई जांदा यार, आपां नू यार मार नहीं करनी चाहीदी यार। चल चलिए यार, आ जा। ते ओ वापस मुड़े तूफान बन के। पर मौत दी झग वांगू कदम बह गए। मैनू तो चलो कुटिया ही कुटिया, पर दोवां दा प्लेटफार्म भी बहुत कुटिया। ओए हो, बेचारे पंडित तो बैठा भी नहीं जाता सी, ते तुरदा भी वह लंघ मार के सी। कई रातां उन्हें मूधे मूँह सौं के कट्टियां। आपदे घरदियां नाल गल तां रोज़ हुंदी सी, पर इस घटना का जिक्र मैं कदे नहीं किया। कॉलेज भी बेइज्जती बहुत ज़्यादा हो गई सी, पर साली समझ नहीं आ रही सी भी हुण करिए की। किसे भी नहीं सोचा सी भी यार छोटी जी गल तो इन्ना वाधा वध जूगा। उधर पंडित दे हाल भी माड़े सी, पंडित भी ना देर च अग जी लैके बैठा सी। पंडित अक्सर साड़ी मां बन के रहिंदा सी, जदों किते असी दारू पीनी इन्हें कहना वो क्यों मूत पी जाने हो। पर आह बेइज्जती वाला फट खाने तो बाद पंडित ने भी शुरू करती सी। मैं बहुत सोचा आपां नूं कट्टा लैना ही पैना भाई। पाड़ियो के करसी तू, कोई गाह बैस लै नहीं, साल भर दूध तो प्यावेगी। ओ यार मैं गोली वाले कट्टे की गल कर रहा है, गोली वाले दी टिशकिया। ओ गल तो ठीक है, पर पैसे कितों असिन। ओ यार खजाना पिया ना अपने कोल, आ वेख आ खजाना पिया वेख। ओ इस खजाने नाल तो बंदूक की गोली कोनी आसी। ਉਹ ਇਹਦੇ ਨਾਲ ਨਹੀਂ ਆ ਸੀ ਤੇ ਆ ਜਿਹੜੇ ਜੇਬਾਂ ਵਿੱਚ ਪਏ ਇਹਦੇ ਨਾਲ ਆ ਸੀ, ਕੱਢੋ ਆ ਫੜ ਯਾਰ। ਹੁਣ ਪਊਗੀ ਕਾਲਜ ਤੱਕ ਸਰਤਾਜ ਦੇ ਪਛਵਾੜੇ 'ਚ ਠਾ ਠਾ ਕਰਾ ਦੇਣੀ। ਹੁਣ ਵਾਰੀ ਸੀ ਕੱਟਾ ਲੈਣ ਦੀ, ਤੇ ਅੱਗੇ ਦੀ ਅੱਗੇ ਜਾਣਕਾਰੀ ਕੱਢ ਕੇ ਅਸੀਂ ਬਾਹਰੋਂ ਕੱਟਾਂ ਮੰਗਵਾ ਲਿਆ। ਕੱਟਾ ਲੈ ਕੇ ਲੱਗਦੇ ਆ ਤਾਂ ਅਸੀਂ ਜਸ਼ਨ ਮਨਾਉਣ ਦੀ ਵੀ ਸੋਚ ਲਈ। ਸ਼ੇਰ ਕਦੋਂ ਕਰਦੇ ਨੇ ਗਿੱਦੜਾਂ ਤੇ ਗੌਰ ਨੀ, ਉਹ ਬਦਲੇ ਨੀ ਰਾਹ ਸੁਣ ਕੁੱਤਿਆਂ ਦੇ ਸ਼ੋਰ ਨੀ। ਸ਼ੇਰ ਕਦੋਂ ਕਰਦੇ ਨੇ ਗਿੱਦੜਾਂ ਤੇ ਗੌਰ ਨੀ, ਬਦਲੇ ਨੀ ਰਾਹ ਸੁਣ ਕੁੱਤਿਆਂ ਦੇ ਸ਼ੋਰ ਨੀ। ਮਿੱਤਰਾਂ ਨੂੰ ਚੜੀ ਰਹਿੰਦੀ ਯਾਰੀ ਵਾਲੀ ਲੋਰ ਨੀ, ਹੀਰੋ ਵਾਂਗੂ ਰਹਿੰਦੀ ਸਾਡੀ ਏਰੀਏ ਚ ਟੌਰ ਨੀ। ਗੱਲ ਕਹਿੰਦੇ ਇੱਕ ਵਾਰੀ ਠੋਕੇ, ਕਹਿੰਦੇ ਆ ਨੀ ਗੱਲ ਅਸੀਂ ਠੋਕੇ, ਤਾਂ ਕਹਾਂ ਨੀ ਕਰਦੇ। ਲੰਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨੀ ਕਰਦੇ। ਲੰਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨੀ ਕਰਦੇ। ਲੰਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨੀ ਕਰਦੇ।
ਲੱਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨਹੀਂ ਕਰਦੇ ਲੱਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨਹੀਂ ਕਰਦੇ ਲੱਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨਹੀਂ ਕਰਦੇ ਸਾਨੂੰ ਦਿਲੋਂ ਖਬਰਾਂ ਕੌਣ ਪਾਉਂਦਾ ਗਦਰਾਂ ਕੌਣ ਸਾਡੇ ਕੰਮਾਂ ਚ ਏੜਾਵੇ ਲੱਤ ਨੂੰ ਬੋਲਦੇ ਨੀ ਗੱਲ ਨੂੰ ਜੀ ਕੀਤਾ ਕੱਲ ਨੂੰ ਹੂਈ ਵਾਂਗੂ ਵੈਰੀ ਦੇਣੇ ਸਾਰੇ ਪੱਟਣੀ ਸਾਰੇ ਪੱਟਣੀ ਲੋਕਾਂ ਵਾਂਗੂ ਬੱਲੀਏ ਚੁਸਤ ਚਲਾਕ ਨੀ ਦੱਬ ਜਾਵੇ ਸਾਨੂੰ ਹੈ ਨੀ ਕਿਸੇ ਦੀ ਔਕਾਤ ਨੀ ਜ਼ਿੰਦਗੀ ਚ ਚੱਲਦੀ ਹੀ ਰਹਿੰਦੀ ਬਾਤ ਘਾਟ ਨੀ ਕਿਹਨੇ ਕਿੰਨਾ ਕੀਤਾ ਸਾਨੂੰ ਸਭ ਕੁੜੇ ਯਾਦ ਨੀ ਵਿੰਡ ਨੂੰ ਆ ਮਿਲੇ ਪਹਿਲਾਂ ਧੋਖੇ ਨੀ ਪਿਆਰਾਂ ਵਿੱਚ ਮਿਲਦੇ ਆ ਧੋਖੇ ਨੀ ਅਸੀਂ ਤਾਂ ਨੀ ਕਰਦੇ ਲੱਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨੀ ਕਰਦੇ ਲੱਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨੀ ਕਰਦੇ ਲੱਡੀ ਪੁੱਤੀ ਬੋਲਦੀ ਆ ਕੀ ਸਾਡੇ ਬਾਰੇ ਪਰਵਾਹ ਨੀ ਕਰਦੇ ਤੇ ਹੁਣ ਵਾਰੀ ਸੀ ਸਰਤਾਜ ਦਾ ਟਾਈਮ ਚੱਕਣ ਦੀ ਬੇਸ਼ੱਕ ਸਾਡਾ ਕੋਈ ਮਕਸਦ ਸਰਤਾਜ ਨੂੰ ਗੋਲੀ ਮਾਰਨਾ ਨਹੀਂ ਸੀ ਤੇ ਨਾ ਹੀ ਸਾਡਾ ਐਡਾ ਦਿਲ ਸੀ ਕਿ ਅਸੀਂ ਕਿਸੇ ਨੂੰ ਗੋਲੀ ਮਾਰ ਸਕੀਏ ਬਸ ਅਸਲੇ ਨਾਲ ਉਹਨੂੰ ਡਰਾ ਕੇ ਉਹਦੇ ਚੰਗੀਆਂ ਭਰਾਉਣੀਆਂ ਸੀ ਤੇ ਨਾਲੇ ਉਹ ਤੋਂ ਮਾਫ਼ੀ ਮੰਗਵਾਉਣੀ ਸੀ ਅਸਲੀ ਅਸਲੇ ਦੇ ਨਾਲ ਨਾਲ ਅਸੀਂ ਇੱਕ ਨਕਲੀ ਅਸਲਾ ਵੀ ਲੈ ਲਿਆ ਸੀ ਤਾਂ ਕਿ ਚੰਗਾ ਪ੍ਰਭਾਵ ਪਾ ਸਕੀਏ ਅਤੁਲ ਨੂੰ ਅਸੀਂ ਉੱਥੇ ਪਾ ਕੇ ਫੋਨ ਕਰਨ ਲਈ ਕਿਹਾ ਅਤੇ ਆਪ ਅਸੀਂ ਥੋੜ੍ਹੀ ਦੂਰ ਜਾ ਕੇ ਬੈਠ ਗਏ ਤਾਂ ਕਿ ਸਰਤਾਜ ਨੂੰ ਦੋਵੇਂ ਪਾਸਿਓਂ ਘੇਰਾ ਪਾ ਸਕੀਏ ਅਤੇ ਭੱਜਣ ਦਾ ਕੋਈ ਰਾਹ ਨਾ ਛੱਡੀਏ ਇਹ ਗੱਲ ਦਾ ਸਾਨੂੰ ਪੱਕਾ ਪਤਾ ਸੀ ਕਿ ਸਰਤਾਜ ਸਵੇਰੇ ਸਵੇਰੇ ਆਪਦੇ ਖੇਤਾਂ ਨੂੰ ਐਸੇ ਰਾਹ ਥਾਣੀ ਜਾਂਦਾ ਅਤੇ ਉਸ ਵਕਤ ਉਹ ਇਕੱਲਾ ਹੀ ਹੁੰਦਾ ਬਦਲੇ ਦੀ ਅੱਗ 'ਚ ਬਲਦੇ ਹੋਏ ਅਸੀਂ ਵੀ ਆਪਦੇ ਟਿਕਾਣੇ 'ਚ ਪਹੁੰਚੇ ਅਤੁਲ ਆਇਆ ਨਹੀਂ ਹਜੇ ਨਹੀਂ ਆਇਆ ਵੀਰੇ ਚੱਲ ਧਿਆਨ ਰੱਖੀ ਦੱਸੀ ਫਿਰ ਮੈਨੂੰ ਆਇਆ ਨਹੀਂ ਯਾਰ ਹਜੇ ਆਜੂਗਾ ਕੋਈ ਨਹੀਂ ਯਾਰ ਟਾਈਮ ਵੀ ਬੜਾ ਹੋ ਗਿਆ ਆਇਆ ਨਹੀਂ ਉਹ ਨਾ ਹੀ ਉਹਦਾ ਫੋਨ ਆਇਆ ਹਜੇ ਤੱਕ ਹਾਂ ਯਾਰ ਫੋਨ ਕਰਕੇ ਦੇਖਾਂ ਕਰਕੇ ਵੇਖ ਕੀ ਕਹਿੰਦਾ ਭਲਾ ਫੋਨ ਹੀ ਨਹੀਂ ਚੱਕਦਾ ਉਹ ਦੁਬਾਰਾ ਕਰਦਾ ਉਹ ਫੋਨ ਹੀ ਨਹੀਂ ਚੱਕ ਰਿਹਾ ਦੇਖ ਕੇ ਆਈਏ ਦੋ ਫੋਨ ਕਰ ਲਏ ਦੋਵੇਂ ਫੋਨ ਨਹੀਂ ਚੱਕੇ ਹੋਣੇ ਚੱਲ ਦੇਖ ਕੇ ਆਉਣੇ ਆ ਇੱਕ ਕੰਮ ਨਹੀਂ ਢੰਗ ਨਾਲ ਹੁੰਦਾ ਇੱਥੇ ਅਸੀਂ ਕਿਹੜੀ ਦਲ ਦਲ ਚ ਫਸ ਚੁੱਕੇ ਸੀ ਸਾਨੂੰ ਆਪ ਕੁਛ ਸਮਝ ਨਹੀਂ ਆ ਰਿਹਾ ਸੀ ਅਤੁਲ ਦੇ ਗੋਲੀ ਕੌਣ ਤੇ ਕਿਹੜੇ ਵੇਲੇ ਮਾਰ ਗਿਆ ਇਹ ਸਵਾਲਾਂ ਦੇ ਜਵਾਬ ਹੁਣ ਅਗਲੇ ਚੈਪਟਰ 'ਚ ਸਤਿ ਸ਼੍ਰੀ ਅਕਾਲ ਜੀ ਮੈਂ ਵਿੰਡ ਬਰਾਂਡ ਹੁਣੇ ਹੁਣੇ ਤੁਸੀਂ ਸਾਡੀ ਸੀਰੀਜ਼ ਦਾ ਫਸਟ ਪਾਰਟ ਦੇਖਿਆ ਇਹ ਪਾਰਟ ਤੁਹਾਨੂੰ ਕਿੱਦਾਂ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਲਾਈਕ ਕਰਿਓ ਅਤੇ ਕਮੈਂਟ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਸਾਰੇ ਆਪਦੇ ਦੋਸਤਾਂ ਮਿੱਤਰਾਂ ਨਾਲ ਯਾਰੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਦਾ ਸਬਸਕ੍ਰਿਪਸ਼ਨ ਲੈ ਕੇ ਸਾਨੂੰ ਸਪੋਰਟ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦੇ ਹੋ ਫੇਸਬੁੱਕ 'ਤੇ ਤੁਸੀਂ ਸਾਨੂੰ ਸਟਾਰ ਸੈਂਡ ਕਰਕੇ ਵੀ ਸਪੋਰਟ ਕਰ ਸਕਦੇ ਹੋ ਅਤੇ ਜਿਹੜੇ ਮੇਰੇ ਵੀਰ ਆਰਟਿਸਟ ਐਕਟਿੰਗ ਕਰਨਾ ਚਾਹੁੰਦੇ ਆ ਉਹ ਥੱਲੇ ਮੇਰਾ ਇੰਸਟਾਗ੍ਰਾਮ ਦਾ ਲਿੰਕ ਹੈ ਉੱਥੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਆ ਜੇ ਕਿਸੇ ਕੋਲ ਕੋਈ ਸਟੋਰੀ ਪਈ ਹੈ ਜਾਂ ਸਟੋਰੀ ਲਿਖਦਾ ਤਾਂ ਉਹ ਵੀ ਮੈਨੂੰ ਪਲੀਜ਼ ਕੰਟੈਕਟ ਕਰ ਸਕਦੇ ਆ ਤਾਂ ਕਿ ਆਪਾਂ ਰਲ ਮਿਲ ਕੇ ਨੈਕਸਟ ਫਿਊਚਰ ਵਾਲੇ ਪ੍ਰੋਜੈਕਟ ਕਰ ਸਕੀਏ